ਫਾਜ਼ਿਲਕਾ ਸਮਾਚਾਰ ਵੈੱਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਪੁਲਿਸ ਵਿਭਾਗ ਨੂੰ ਮਿਲੀ ਕਾਮਯਾਬੀ, ਚੋਰੀ ਕੀਤੀਆਂ 15 ਮੋਟਰ ਗੱਡੀਆਂ ਕਾਬੂ, ਬਰਾਮਦ ਕੀਤੀ ਗਈ ਗੱਡੀਆਂ ਦੀ ਕੀਮਤ 1.25 ਕਰੋੜ ਰੁਪਏ। ਹੁਣ ਖਬਰ ਵਿਸਤਾਰ ਨਾਲ। ਪੰਜਾਬ ਸਰਕਾਰ ਅਤੇ DGP ਪੰਜਾਬ ਦੀ ਰਹਿਨੁਮਾਈ ਹੇਠ ਸ਼੍ਰੀ ਬੀ ਚੰਦਰ ਸ਼ੇਖਰ IPS IGP ਫਿਰੋਜ਼ਪੁਰ ਰੇਂਜ ਫਿਰੋਜ਼ਪੁਰ ਕੈਂਟ ਅਤੇ ਸਰਦਾਰ ਭੁਪਿੰਦਰ ਸਿੰਘ PPS ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪੁਲਿਸ ਫਾਜ਼ਿਲਕਾ ਵੱਲੋਂ ਮਾੜੇ ਅਨਸਰਾਂ ਅਤੇ ਨਸ਼ਾ ਸਮਗਲਾਂ ਖਿਲਾਫ਼ ਵੱਡੀ ਮੁਹਿੰਮ ਦੇ ਤਹਿਤ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਸ਼੍ਰੀ ਕੁਲਦੀਪ ਸ਼ਰਮਾ PPS ਕਪਤਾਨ ਪੁਲਿਸ ਫਾਜ਼ਿਲਕਾ, ਸ਼੍ਰੀ ਭੁਪਿੰਦਰ ਸਿੰਘ ਬੁੱਲਰ PPS ਉਪ ਕਪਤਾਨ ਪੁਲਿਸ D ਫਾਜ਼ਿਲਕਾ ਅਤੇ ਇੰਸਪੈਕਟਰ ਜਗਦੀਸ਼ ਕੁਮਾਰ ਇੰਚਾਰਜ CI ਫਾਜ਼ਿਲਕਾ ਦੀ ਗਠਿਤ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਬਲਵੰਤ ਸਿੰਘ ਉਰਫ ਬਾਬਾ ਪੁੱਤਰ ਠਾਕਰ ਸਿੰਘ ਵਾਸੀ ਸ਼੍ਰੀ ਮੁਕਤਸਰ ਸਾਹਿਬ ਅਤੇ ਰਾਜੀਵ ਕੁਮਾਰ ਪੁੱਤਰ ਇੰਦਰ ਸੈਨ ਵਾਸੀ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਦੇ ਕੁਝ ਵਿਅਕਤੀਆਂ ਅਤੇ ਮਾੜੇ ਅਨਸਰਾਂ ਨਾਲ ਮਿਲ ਕੇ ਇੱਕ ਗਿਰੋਹ ਤਿਆਰ ਕੀਤਾ ਹੈ, ਜਿਸ ਦਾ ਮੁਖੀ ਮੁਹੱਬਤ ਸ਼ਕੀਲ ਵਾਸੀ ਗਾਜ਼ੀਆਬਾਦ UP ਹੈ, ਜੋ ਦੂਸਰੇ ਰਾਜਾਂ ਤੋਂ ਕੀਮਤੀ ਗੱਡੀਆਂ ਚੋਰੀ ਕਰਕੇ ਇਹਨਾਂ ਗੱਡੀਆਂ ਦੇ ਇੰਜਣ ਅਤੇ ਚੈਸੀ ਨੰਬਰ ਪੰਚ ਕਰਕੇ ਅਤੇ DTO ਦਫ਼ਤਰ ਦੇ ਕਲਰਕਾਂ ਅਤੇ ਉਹਨਾਂ ਵੱਲੋਂ ਰੱਖੇ ਹੋਏ ਪ੍ਰਾਈਵੇਟ ਵਿਅਕਤੀਆਂ ਨਾਲ ਮਿਲ ਕੇ ਗੱਡੀਆਂ ਦੇ ਨੰਬਰ ਆਨਲਾਈਨ ਕਰਕੇ ਜਾਲੀ ਰਜਿਸਟ੍ਰੇਸ਼ਨ ਕਾਪੀਆਂ ਬਣਾ ਕੇ ਅਸਲ ਮੁੱਲ 'ਤੇ ਬੋਲੇ ਵਾਲੇ ਲੋਕਾਂ ਨੂੰ ਸਹੀ ਗੱਡੀਆਂ ਦੱਸ ਕੇ ਵੇਚ ਦਿੰਦੇ ਸਨ। ਫਾਜ਼ਿਲਕਾ ਸਮਾਚਾਰ ਲਈ ਫਾਜ਼ਿਲਕਾ ਤੋਂ ਸੁਖਦੀਪ ਸਿੰਘ ਗੁਢਾਣਾ ਦੇ ਨਾਲ ਚੰਦਰ ਪ੍ਰਕਾਸ਼ ਦੀ ਰਿਪੋਰਟ। ਅੱਜ ਫਾਜ਼ਿਲਕਾ ਪੁਲਿਸ ਵੱਲੋਂ ਸਾਡੇ ਇੰਸਪੈਕਟਰ CIA ਜਗਦੀਸ਼ ਕੁਮਾਰ, DSP D ਭੁਪਿੰਦਰ ਸਿੰਘ, SP ਕੁਲਦੀਪ ਕੁਮਾਰ ਸ਼ਰਮਾ ਵੱਲੋਂ ਬਹੁਤ ਵੱਡੀ ਕਾਰਵਾਈ ਕਰਦਿਆਂ ਇੱਕ ਗੈਂਗ ਫੜਿਆ, ਜਿਹਦਾ ਮੁਖੀ ਮੁਹੰਮਦ ਸ਼ਕੀਲ ਹੈ, ਜਿਹੜਾ ਕਿ ਇੰਟਰ ਸਟੇਟ, ਜਿਹੜਾ ਕਿ ਬਾਹਰਲੀਆਂ ਸਟੇਟਾਂ ਤੋਂ ਗੱਡੀਆਂ ਚੋਰੀ ਕਰਕੇ, ਬਲਵੰਤ ਸਿੰਘ ਨਾਂ ਦਾ ਬੰਦਾ ਜਿਹੜਾ ਕਿ ਮੁਕਤਸਰ ਦਾ ਹੈਗਾ, ਅੱਗੋਂ ਉਹਦੀ ਡਿਮਾਂਡ 'ਤੇ ਉਹਨੂੰ ਦਿੰਦਾ ਸੀ, ਅੱਗੋਂ ਉਹ ਗੱਡੀਆਂ ਲਿਜਾ ਕੇ ਬਠਿੰਡੇ ਦਾ ਇੱਕ ਕਲਰਕ ਹੈਗਾ, ਉਹ ਉਸਨੂੰ ਗੱਡੀਆਂ ਨੂੰ ਟੈਂਪਰਿੰਗ ਕਰਕੇ ਉਸਦੇ ਨਵਾਂ ਨੰਬਰ ਲਾ ਕੇ ਗੱਡੀਆਂ ਨੂੰ ਆਨਲਾਈਨ ਕਰਦਾ ਸੀ। ਅਸੀਂ ਉਹ ਗਰੋਹ ਫੜਿਆ, ਇਸਦੇ ਅਸੀਂ 3 ਮੈਂਬਰ ਫੜਦੇ ਨੇ, ਬਲਵੰਤ ਸਿੰਘ, ਰਜੀਵ ਅਤੇ ਗੌਰਵ, ਇਹਨਾਂ ਨੂੰ ਅਸੀਂ ਅਰੈਸਟ ਕਰ ਲਿਆ ਹੈ ਅਤੇ ਤਕਰੀਬਨ ਅਸੀਂ 15 ਗੱਡੀਆਂ ਜਿਹੜੀਆਂ ਲਗਜ਼ਰੀ ਗੱਡੀਆਂ ਨੇ 15 ਗੱਡੀਆਂ ਬਰਾਮਦ ਕੀਤੀਆਂ ਨੇ, ਉਹਨਾਂ 'ਚੋਂ 1 ਫੋਰਚੂਨਰ, 3 ਇਨੋਵਾ, 4 ਆਪਣਾ ਬਰੀਜ਼ਾ, ਹਾਂਜੀ, ਅਤੇ 4 ਹੀ ਡਿਜ਼ਾਇਰ, ਅਤੇ 1 ਬਲੈਰੋ ਅਤੇ 1 ਟਰਾਲਾ ਜਿਹੜਾ ਅਸੀਂ ਅੱਜ ਇੱਥੇ ਰਿਕਵਰ ਕੀਤਾ। ਸਰ, ਜ਼ਿਲ੍ਹਾ ਫਾਜ਼ਿਲਕਾ ਨਾਲ ਕਿਵੇਂ ਇਹ ਲਿੰਕ ਕਰਦੀ ਹੈ? ਸਾਨੂੰ ਫਾਜ਼ਿਲਕਾ ਨਾਲ ਇਸ ਕਰਕੇ ਲਿੰਕ, ਸਾਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਵੀ ਕੋਈ ਗੱਡੀ ਇੱਥੇ ਕੋਈ ਦੇਣ ਆ ਰਿਹਾ ਸੀ ਗੱਡੀ, ਅਤੇ ਜਦੋਂ ਉਹ ਗੱਡੀ ਅਸੀਂ ਚੈੱਕ ਕੀਤੀ, ਉਹਦਾ ਨੰਬਰ ਸਾਰਾ ਚੈੱਕ ਕੀਤਾ ਤਾਂ ਉਹ ਗੱਡੀ ਬਾਕੀ ਟੈਂਪਰਿੰਗ ਹੋਈ ਸੀ। ਉਸ ਤੋਂ ਫਿਰ ਅਸੀਂ ਅੱਗੇ ਫਾਜ਼ਿਲਕਾ 'ਚੋਂ ਕਿੰਨੀਆਂ ਗੱਡੀਆਂ ਬਰਾਮਦ ਹੋਈਆਂ? ਫਾਜ਼ਿਲਕਾ ਤੋਂ ਜਿਹੜੀ ਅਜੇ ਤੱਕ ਤਾਂ ਬਾਕੀ ਕਿੰਨੀਆਂ ਗੱਡੀਆਂ? 2 ਗੱਡੀਆਂ ਬਰਾਮਦ ਹੋਈਆਂ। ਉਹ ਬੰਦੇ ਸ਼ਾਮਿਲ ਨੀ ਹੈਗੇ, ਉਹ ਤਾਂ ਬੰਦੇ ਜਿਹੜੇ ਹੈਗੇ ਨੇ ਸਾਰੇ, ਉਹਨਾਂ ਉਹਦਾ ਇਨੋਸੈਂਟ ਇਸ ਕਰਕੇ ਨੇ ਕਿਉਂਕਿ ਉਹਨੂੰ ਪਤਾ ਹੀ ਨਹੀਂ, ਜਦੋਂ ਇੱਕ ਗੱਡੀ ਉਹ ਬੰਦਾ ਕਹਿੰਦਾ ਵੀ ਮੈਂ ਸੈਕਿੰਡ ਹੈਂਡ ਗੱਡੀ ਹੈ, ਅਜੇ ਵੈਰੀਫਾਈ ਆਨਲਾਈਨ ਹੈਗਾ, ਉਹਦਾ ਨੰਬਰ ਵੀ ਸਾਰਾ ਚੈੱਕ ਉਵੇਂ ਆ ਰਿਹਾ, ਉਹਦਾ ਨੰਬਰ ਵੀ ਆ ਰਿਹਾ, ਇਸ ਕਰਕੇ ਕੋਈ ਸ਼ੱਕ ਨਹੀਂ ਹੁੰਦਾ ਸੀ ਇਹਨਾਂ, ਅਤੇ ਫਿਰ ਵੀ ਅਸੀਂ ਵੈਰੀਫਾਈ ਕਰ ਰਹੇ ਹਾਂ ਜਿਹੜੇ ਇਹਨਾਂ ਦੇ ਗੱਡੀਆਂ ਦੇ ਮਾਲਕ ਸੀ ਵੀ ਉਹਨਾਂ ਨੇ ਕਿਵੇਂ ਲਈਆਂ ਕਿਵੇਂ ਨਹੀਂ। ਸਰ, ਜਿਵੇਂ ਟੈਂਪਰ ਕਰਕੇ ਉਹਨਾਂ ਨੇ ਦੁਬਾਰਾ ਉਹ ਕੀਤਾ, ਆਨਲਾਈਨ ਵੀ ਚੜਿਆ, ਤੁਹਾਨੂੰ ਕਿੰਨੀਆਂ ਕੁ ਮੁਸ਼ਕਲਾਂ ਆਈਆਂ ਇਨਵੈਸਟੀਗੇਸ਼ਨ ਕਰਨ 'ਚ? ਇਨਵੈਸਟੀਗੇਸ਼ਨ 'ਚ ਸਾਨੂੰ ਘੱਟੋ ਘੱਟ 3-4 ਦਿਨ ਸਾਰਾ ਅਸੀਂ ਉਹ ਦੇਖਿਆ, ਸਾਰਾ ਚੈੱਕ ਕੀਤਾ ਉਹਨਾਂ ਦਾ, ਅਤੇ
ਸਾਰਾ ਰਿਕਾਰਡ ਚੈੱਕ ਕੀਤਾ। ਮੁਸ਼ਕਲਾਂ ਤਾਂ ਫਿਰ ਉਹ ਪ੍ਰੋਬਲਮ ਤਾਂ ਜਿਹੜੀ ਹੈਗੀ ਹੈ ਜਦੋਂ ਇਸ ਇਹ ਕੰਮ ਕਰਦੇ ਆਪਾਂ ਟੈਕਨੀਕਲ, ਬਟ ਉਹ ਸੋਲਵ ਵੀ ਹੋ ਜਾਂਦੀ ਹੈ। ਕਿੰਨੀਆਂ ਦੀ ਗ੍ਰਿਫਤਾਰੀ ਹੋ ਸਕੀ ਸਰ? ਤਿੰਨ ਬੰਦਿਆਂ ਦੀ ਅਸੀਂ ਅਰੈਸਟ ਹੋ। ਗੱਡੀਆਂ ਜੇ ਕਿਤੇ ਮਿਲਦੇ ਸਾਨੂੰ ਮਿਲ ਗਿਆ ਮੁਹੰਮਦ ਸ਼ਕੀਲ, ਤਾਂ ਹੋਰ ਵੀ ਸਾਨੂੰ ਪਤਾ ਲੱਗਦਾ ਪੰਜਾਬ 'ਚ ਕਿੰਨੀਆਂ ਗੱਡੀਆਂ ਹੋਰ।